ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਪਹੁੰਚੇ ਸੀਗੇ ਹਰਿਦੁਆਰ ਗਿਆਨ ਗੋਦੜੀ ਗੁਰਦੁਆਰਾ ਸਾਹਿਬ, ਜਿਹੜਾ ਜਿਹੜੀ ਮੇਨ ਥਾਂ ਜਿਹੜੀ ਸਰਕਾਰ ਨੇ ਹੁਣੇ ਦਿੱਤੀ ਹੋਈ ਆ, ਜਿੱਥੇ ਇਹਨੂੰ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਤਾਂ ਕਹੀਦਾ ਜੇ ਕਿ ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕੇ ਗਿਆਨ ਦਿੱਤਾ ਸੀ ਪੰਡਤਾਂ ਨੂੰ। ਕਿ ਪਾਣੀ ਵਾਲੀ ਕਥਾ ਸਭ ਨੇ ਸੁਣੀ ਹੋਊਗੀ ਕਿ ਜਿਹੜੀ ਸਵੇਰ ਆਪਾਂ ਜਲ ਪਾਉਂਦੇ ਹਾਂ ਸੂਰਜ ਨੂੰ, ਆਪਾਂ ਤਾਂ ਨਹੀਂ ਪਾਉਂਦੇ, ਸਵੇਰ ਜਿਹੜੇ ਜਲ ਪਾਇਆ ਜਾਂਦਾ ਉਹਦੇ ਬਾਰੇ ਜਿਹੜੀ ਕਥਾ ਹੋਈ ਸੀ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ, ਉਹ ਹਰਕੀ ਪੌੜੀ ਤੋਂ ਕੀਤੀ ਸੀ। ਉਹਦੇ ਲਈ ਹਾਲੇ ਵੀ ਲੜਾਈ ਚੱਲ ਰਹੀ ਆ, ਮਤਲਬ ਉਹਦੇ ਲਈ ਹਾਲੇ ਵੀ ਸੰਘਰਸ਼ ਚੱਲ ਰਿਹਾ ਜੀ। ਆਹ ਥਾਂ ਹੈਗੀ ਆ ਗੁਰਦੁਆਰਾ ਸਾਹਿਬ ਦੀ, ਜਿਹੜੀ ਗਿਆਨ ਗੋਦੜੀ ਸਾਹਿਬ ਕਹੀਦਾ ਜੀ ਇਸ ਥਾਂ ਨੂੰ। ਇੱਥੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਆ, ਤੁਹਾਨੂੰ ਦਿਖਾ ਦਿੰਦੇ ਹਾਂ ਆਪਾਂ। ਆਪਾਂ ਪਹੁੰਚੇ ਸੀਗੇ ਇੱਥੇ ਆ, ਇੱਥੇ ਲੰਗਰ ਬਣਦਾ ਜੀ, ਅੰਦਰ ਬਾਬਾ ਜੀ ਦਾ ਪ੍ਰਕਾਸ਼ ਆ, ਆ ਬੈਠਣ ਲਈ ਥਾਂ ਆ। ਇੱਥੇ ਜੋੜਾਕਰ ਬਣਾਇਆ ਹੋਇਆ ਛੋਟਾ ਜਿਹਾ, ਪਰ ਚੱਪਲ ਜ਼ਿਆਦਾਤਰ ਬੰਦੇ ਉੱਥੇ ਹੀ ਲਾ ਦਿੰਦੇ ਆ ਉਹ ਵਾਲੀ ਥਾਂ 'ਤੇ। ਹੁਣ ਬਾਹਰ ਜਿਹੜਾ ਤੁਸੀਂ ਦੇਖੋਗੇ ਤਾਂ ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਹਾਂ ਆਪਾਂ, ਇੱਥੇ ਨਿਸ਼ਾਨ ਸਾਹਿਬ ਪੂਰਾ ਆ, ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਜੀ। ਉਹ ਜਿਹੜੀ ਤੁਸੀਂ ਥਾਂ ਦੇਖ ਰਹੇ ਜੀ ਉਹ ਦਿੱਤੀ ਹੋਈ ਆ, ਉਹਦਾ ਨਾਂ ਹੈਗਾ ਮੇਨ ਗਿਆਨ ਗੋਦੜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ, ਸ਼੍ਰੀ ਗੁਰੂ ਨਾਨਕ ਦੇਵ ਜੀ ਖਾਟ ਕੇ ਨਾਮ ਤੋਂ ਉਹ ਨਾਂ ਥਾਂ ਜਾਣੀ ਜਾਂਦੀ ਆ। ਅਤੇ ਆਹ ਵਾਲਾ ਗੁਰਦੁਆਰਾ ਆ ਜਿਹਨੂੰ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਕਹੀਦਾ ਜੀ, ਟੈਂਟ 'ਚ ਆ ਕਿਉਂਕਿ ਇਹਨੂੰ ਪੂਰਾ ਨਹੀਂ ਬਣਾਇਆ ਗਿਆ ਇੱਥੇ, ਤਾਂ ਕਰਕੇ ਹਾਲੇ ਵੀ ਪ੍ਰਕਾਸ਼ ਕੀਤਾ ਜਾਂਦਾ ਆ, ਸੰਗਤਾਂ ਨੂੰ ਦਰਸ਼ਨ ਦਿਦਾਰੇ ਪੂਰੇ ਆ, ਪਰ ਹਾਲੇ ਵੀ ਜਿਹੜੀ ਮੇਨ ਥਾਂ ਹੈਗੀ ਆ ਜਿੱਥੇ ਗੁਰੂ ਜੀ ਨੇ ਆਪਣਾ ਉਪਦੇਸ਼ ਦਿੱਤਾ ਸੀ ਉਸ ਥਾਂ ਲਈ ਹਾਲੇ ਵੀ ਚੱਲ ਰਹੀ ਆ ਸੰਘਰਸ਼। ਠੀਕ ਹੈ, ਚਲੋ ਇਹ ਕਿਸ ਲਈ